ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹੈ, ਜੋ ਕਿ ਪੰਜਾਬ ਦੇ ਵਿੱਚ ਨਿਕਲ ਕੇ ਆ ਚੁੱਕਿਆ ਜੀ। 1595 ਪੋਸਟਾਂ ਦੇ ਲਈ ਇਹ ਨੋਟੀਫਿਕੇਸ਼ਨ ਰਹਿਣ ਵਾਲਾ ਹੈ ਜੀ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਮੈਂ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਅਤੇ ਉੱਥੇ ਜਾ ਕੇ ਟਾਈਪ ਕਰਨਾ ਹੋਵੇਗਾ ਜੀ meetacademy.in 'ਤੇ ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ DDAGO ਮਿਲ ਜਾਵੇਗੀ। ਉੱਥੋਂ ਸਾਰੀ ਜੋਬ ਰਿਲੇਟਡ ਅਪਡੇਟ ਨੇ ਉਹ ਤੁਸੀਂ ਲੈ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੋ ਜੀ। ਪੂਰੀ ਜਾਣਕਾਰੀ ਮੈਂ ਅੱਗੇ ਇਸ ਵੀਡੀਓ ਦੇ ਬਾਰੇ ਵਿੱਚ ਤੁਹਾਨੂੰ ਦੇਵਾਂਗਾ ਕਿ ਨੋਟੀਫਿਕੇਸ਼ਨ ਲਈ ਕਿੱਦਾਂ ਤੁਸੀਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ। ਅਤੇ ਚਲੋ ਚੱਲਦੇ ਹਾਂ ਜੀ ਅਪਡੇਟ ਦੇ ਉੱਪਰ, ਉੱਥੇ ਚੱਲ ਕੇ ਬਾਕੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇਹਦੇ ਲਈ 30 ਅਪ੍ਰੈਲ ਤੱਕ ਤੁਸੀਂ ਜਿਹੜਾ ਹੈ ਜੀ ਉਹ ਅਪਲਾਈ ਕਰ ਸਕਦੇ ਹੋ ਜੀ ਇਹਦੇ ਲਈ, ਠੀਕ ਹੈ ਜੀ। ਨੋਟੀਫਿਕੇਸ਼ਨ ਆਲਰੇਡੀ ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਵਿੱਚ ਜਨਰਲ EWS OBC ਕੈਂਡੀਡੇਟ ਲਈ 1000 ਰੁਪਏ ਐਪਲੀਕੇਸ਼ਨ ਫੀ ਜਿਹੜੀ ਉਹ ਤੁਸੀਂ ਪੇ ਕਰਨੀ ਹੈ। SC ST ਦੇ ਲਈ 500 ਰੁਪਏ। ਇੱਥੇ ਜਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਉਹ ਸਭ ਤੋਂ ਪਹਿਲੀ ਪੋਸਟ ਜਿਹੜੀ ਹੈਗੀ ਹੈ ਫੀਮੇਲ ਸਟਾਫ ਨਰਸ ਦੀਆਂ 121 ਪੋਸਟਾਂ ਨੇ ਜੀ। ਅਸਿਸਟੈਂਟ ਸੈਕਸ਼ਨ ਆਫਿਸਰ ਦੀਆਂ 5 ਪੋਸਟਾਂ ਨੇ। ਉਸ ਤੋਂ ਬਾਅਦ ਆਡਿਟ ਅਸਿਸਟੈਂਟ ਦੀਆਂ 12 ਪੋਸਟਾਂ, ਜੂਨੀਅਰ ਟਰਾਂਸਲੇਟਰ ਆਫਿਸਰ ਦੀਆਂ 4 ਪੋਸਟਾਂ, ਲੀਗਲ ਅਸਿਸਟੈਂਟ ਦੀ 1, ਸਟੈਨੋਗ੍ਰਾਫਰ ਗਰੁੱਪ C ਦੀ 23 ਪੋਸਟਾਂ ਨੇ, ਕੰਪਿਊਟਰ ਓਪਰੇਟਰ ਗਰੁੱਪ C ਦੀਆਂ 2 ਪੋਸਟਾਂ ਨੇ, ਕੇਟਰਿੰਗ ਸੁਪਰਵਾਈਜ਼ਰ ਦੀਆਂ 78 ਪੋਸਟਾਂ ਆਊਟ ਹੋਈਆਂ ਨੇ, ਜੂਨੀਅਰ ਸੈਕਟਰੀ ਅਸਿਸਟੈਂਟ ਦੀਆਂ 21 ਪੋਸਟਾਂ ਨੇ, ਜੂਨੀਅਰ ਸੈਕਟਰੀ ਅਸਿਸਟੈਂਟ ਗਰੁੱਪ C ਦੀਆਂ 360 ਪੋਸਟਾਂ ਨੇ, ਇਲੈਕਟ੍ਰੀਸ਼ੀਅਨ ਕਮ ਪਲੰਬਰ ਦੀਆਂ 128, ਲੈਬ ਅਟੈਂਡੈਂਟ ਦੀਆਂ 161, ਮੈਸ ਹੈਲਪਰ ਦੀਆਂ 442 ਅਤੇ ਮਲਟੀ ਟਾਸਕਿੰਗ ਸਟਾਫ ਦੀਆਂ 19 ਵੈਕੈਂਸੀਜ਼ ਆਊਟ ਹੋਈਆਂ ਨੇ। ਇਸ ਦੇ ਵਿੱਚ ਤੁਹਾਡਾ ਸਿਲੈਕਸ਼ਨ ਕਿੱਦਾਂ ਹੋਣਾ ਹੈ ਜੀ, ਰਿਟਨ ਐਗਜ਼ਾਮ ਅਤੇ ਸਕਿੱਲ ਟੈਸਟ ਦੇ ਬੇਸਿਸ 'ਤੇ ਹੋਣਾ ਹੈ ਜੀ। ਉਸ ਤੋਂ ਬਾਅਦ ਗੱਲ ਕਰੀਏ ਏਜ ਲਿਮਿਟ ਦੀ, ਅਤੇ ਇਸ ਦੇ ਵਿੱਚ ਫੀਮੇਲ ਸਟਾਫ ਨਰਸ ਦੇ ਲਈ 35 ਸਾਲ ਤੱਕ ਦੇ, ਅਸਿਸਟੈਂਟ ਸੈਕਸ਼ਨ ਆਫਿਸਰ ਦੇ 33 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ, ਆਡਿਟ ਅਸਿਸਟੈਂਟ ਲਈ 30 ਸਾਲ ਤੱਕ ਦੇ, ਜੂਨੀਅਰ ਟਰਾਂਸਲੇਟਰ ਆਫਿਸਰ ਦੇ ਲਈ 32 ਸਾਲ, ਲੀਗਲ ਅਸਿਸਟੈਂਟ ਦੇ ਲਈ 35 ਸਾਲ ਤੱਕ ਦੇ, ਸਟੈਨੋਗ੍ਰਾਫਰ ਦੇ ਲਈ 27 ਸਾਲ, ਕੰਪਿਊਟਰ ਓਪਰੇਟਰ ਗਰੁੱਪ C ਦੇ ਲਈ 30 ਸਾਲ, ਕੇਟਰਿੰਗ ਸੁਪਰਵਾਈਜ਼ਰ ਦੇ ਲਈ 35 ਸਾਲ, ਜੂਨੀਅਰ ਸੈਕਟਰੀ ਅਸਿਸਟੈਂਟ ਦੇ ਲਈ 27 ਸਾਲ, ਜੂਨੀਅਰ ਸੈਕਟਰੀ ਅਸਿਸਟੈਂਟ ਦੇ ਲਈ ਫਿਰ ਉਹੀ ਸੇਮ ਗਰੁੱਪ C ਦੀਆਂ 27 ਸਾਲ, ਇਲੈਕਟ੍ਰੀਸ਼ੀਅਨ ਕਮ ਪਲੰਬਰ ਦੇ ਲਈ 40 ਸਾਲ, ਲੈਬ ਅਟੈਂਡੈਂਟ ਗਰੁੱਪ C ਦੀਆਂ 30 ਸਾਲ, ਮੈਸ ਹੈਲਪਰ ਦੀਆਂ 18 ਤੋਂ 30, ਮਲਟੀ ਟਾਸਕਿੰਗ ਸਟਾਫ ਗਰੁੱਪ C ਦੀਆਂ 30 ਸਾਲ ਤੱਕ ਰਹਿਣਗੇ ਤੁਹਾਡੀ, ਠੀਕ ਹੈ ਜੀ। ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਇਸ ਦੇ ਵਿੱਚ SC ST ਦੇ ਲਈ 5 ਸਾਲ ਦੀ ਏਜ ਰਿਲੈਕਸੇਸ਼ਨ ਹੈ, OBC ਲਈ 3 ਸਾਲ ਦੀ, ਅਤੇ ਬਾਕੀ ਜਿਹੜੇ ਪਰਸਨ ਵਿਦ ਡਿਸੇਬਿਲਿਟੀ ਵਾਲੇ ਕੈਂਡੀਡੇਟ ਨੇ ਉਹਨਾਂ ਨੂੰ 10 ਤੋਂ 15 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਹੈਗੀ ਹੈ ਜੀ। ਇਸ ਦੇ ਵਿੱਚ ਸੈਲਰੀ ਜਿਹੜੀ ਹੈ ਤੁਹਾਡੀ ਉਹ ਸਟਾਰਟਿੰਗ ਸੈਲਰੀ ਜਿਹੜੀ ਹੈ 19900 ਤੋਂ ਲੈ ਕੇ ਇੱਥੇ 2 ਲੱਖ ਤੱਕ ਜਾਏਗੀ। ਅਲੱਗ ਅਲੱਗ ਪੋਸਟ ਵਾਈਜ਼ ਤੁਸੀਂ ਚੈੱਕ ਕਰ ਲੈਣਾ, ਇੱਥੇ ਤੁਹਾਨੂੰ ਲਿੰਕ ਮਿਲ ਜਾਣਗੇ। 10ਵੀਂ 12ਵੀਂ ITI ਡਿਗਰੀ ਲੋ BCA ਅਤੇ BSC ਵਾਲੇ ਕੈਂਡੀਡੇਟ ਐਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ। ਇਹਦੇ ਲਈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਜਿਹੜੇ ਮੈਂ ਉਹ ਪ੍ਰੋਵਾਈਡ ਕਰ ਦਿੱਤੇ ਨੇ, ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੋ ਜੀ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ, ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੀਆਂ ਰਿਕਰੂਟਮੈਂਟ ਰਿਲੇਟਿਡ ਅਪਡੇਟ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਾਂਗਾ। ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜੀ। ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।